पंजाब से जुड़ी एक बेहद ही ज्यादा शर्मनाक खबर सामने आई है। आपको बता दें कि 13 साल की नाजू के साथ दुष्कर्म करने की जबरन कोशिश की है। वहीं आपको बताते चले कि नौजवान द्वारा ये पूरी हरकत को अंजाम दिया गया है और नौजवान द्वारा एक 13 साल की नाजू के साथ दुष्कर्म करने का जबरदस्ती प्रयास किया गया है। वहीं आपको बताते चले कि पहले लड़की को खींचा गया, फिर जबरन उसके कपड़े भी सरेआम फाड़े गए। उसके बाद नौजवान ने बच्ची को डराया, धमकाया, फिर जान से मारने की धमकी भी दी। वहीं जानकारी अनुसार लोगों ने आरोपी को काबू करके एक कमरे में बंद कर दिया है और ये पूरा मामला रोपड़ के एक स्कूल का है। कर्म करने की कोशिश की गई है, की कहना चाहते हो? मेरी बच्ची बेटी है, मेरी बेटी स्कूल च आ रही थी 8:30 बजे, मुंडे ने आके बाहर से वारदात करी। वारदात करके उन्हें खिच तू करी कुड़ी नाल बहुत ज्यादा, भी मैं तेन मार दूंगा जे तू किसी नूं दसूंगी। उहदी वर्दी भी पाड़ती, बाल भी पट्टे उहदे। फिर ओह कुड़ी डरी बहुत, एहदे वास्ते मैनूं इंसाफ मिले। ਤੇ ਕੁੜੀ ਕਿੰਨੇ ਦਾ ਵਾਕਿਆ ਇਹ? 8:30 ਵਜੇ ਦਾ। ਤਾਂ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਇਹ? ਮੈਨੂੰ ਸਕੂਲ ਮਾ ਤੇ ਫੋਨ ਗਏ ਹੈ ਜੀ। ਕਿਹਦਾ ਫੋਨ ਗਿਆ ਸੀ? ਮੈਡਮਾਂ ਦਾ ਜੀ। ਤੇ ਬੱਚੀ ਹਾਲ ਤਾਂ ਠੀਕ ਹੈ? ਹੁਣ ਕਿਵੇਂ, ਘਬਰਾਈ ਵੀ ਹੈ? ਘਬਰਾਈ ਵੀ ਬਹੁਤ ਹੈ ਜੀ। ਉਮਰ ਕਿੰਨੀ ਹੈ ਬੱਚੀ ਦੀ? ਉਡੀਆਂ ਨੂੰ 13 ਸਾਲ ਲੱਗੇ ਹੋਏ। ਅੱਛਾ, ਕਿਹੜੀ ਕਲਾਸ ਪੜ੍ਹਦੀ ਸੀ? 7ਵੀਂ ਕਲਾਸ ਪੜ੍ਹਦੀ। ਜਿਹੜਾ ਇਹ ਲੜਕਾ ਉਹ ਕਿੱਥੇ ਦਾ ਜੀ? ਉਹ ਚਕਾਮ ਜੀ ਦਾ ਹੀ ਹੈ ਜੀ। ਉਹ ਸਕੂਲ ਚ ਪੜ੍ਹਦਾ ਜਾਂ ਕੀ ਕਰਦਾ? ਨਹੀਂ ਨਹੀਂ, ਛੇੜੀ ਹੈ ਜੀ ਤਾਂ। अज थोड़ी बच्ची दे नाल दुष्कर्म करने दी जिहड़ी एक स्कूल दे विच कोशिश कीती गई है, होर दीआं वी बच्चियां जिहड़ियां ने और इस स्कूल दे विच आंदियां महफूज नहीं है, सरकार ते प्रशासन तो की मंग जांदे हो? मैं चाहती भी हुण साफ मिले, मेरे बच्चे नूं भी, इहनूं भी मिले और होर कुड़ियां नूं भी मिले, वी जिकणा इह करदे आ। तुहाडे कोल दबाव पाया गया मामले नूं रफा दफा करन लई किसे पासे दा? कोई नहीं नहीं, इह कोई नहीं। ਤੁਸੀਂ ਦੋਸ਼ੀ ਨੂੰ ਸਜ਼ਾ ਦਵਾਣੀ ਚਾਹੁੰਦੇ ਹੋ ਜੀ? ਬਸ ਮੈਂ ਦੋਸ਼ੀ ਨੂੰ ਕਹਿੰਦੀ ਵੀ ਸਜ਼ਾ ਮਿਲੇ, ਵੀ ਅੱਜ ਇੰਨਾ ਕੁ ਕਰ ਰਿਹਾ ਕੱਲ ਨੂੰ ਹੋਰ ਕਰੋ, ਇਹਦੇ ਨਾਲ ਇਹਨੂੰ ਪਹਿਲਾਂ ਹੀ ਸਜ਼ਾ ਦਿੱਤੀ ਜਾਵੇ। ਬਹੁਤ ਸ਼ਰਮਨਾਕ ਘਟਨਾ ਹੈ, ਕੀ ਕਹਿਣਾ ਚਾਹੁੰਦੇ ਸਰ? ਪ੍ਰਾਇਮਰੀ ਸਕੂਲ ਚ ਹੋਇਆ ਇਹ, ਜੋ ਵੀ ਹੋਇਆ ਸਾਡੇ ਸਕੂਲ ਦੇ ਕੈਂਪਸ ਦੇ ਅੰਦਰ ਨਹੀਂ ਹੋਇਆ। ਤੇ ਵੈਸੇ ਵੀ ਇਹ ਸਕੂਲ ਟਾਈਮ 9 ਤੋਂ 3 ਵੀ ਹੈ, ਇਹ ਸਕੂਲ ਟਾਈਮ ਤੋਂ ਪਹਿਲਾਂ ਦੀ ਗੱਲ ਹੈ। ਉਹ ਤਾਂ ਸਾਡਾ ਜਿਹੜੇ ਮੁੱਖ ਸੇਵਾਦਾਰ ਹੈ ਇਹਨਾਂ ਦੀ ਉਹ ਹੈ ਬਹਾਦਰੀ ਹੈ ਵੀ ਜਿਨ੍ਹਾਂ ਨੇ ਜਾ ਕੇ ਉਹਨੂੰ ਫੜਿਆ ਬੰਦੇ ਨੂੰ। ਪਰ ਹੋਇਆ ਤਾਂ ਸਕੂਲ ਸਕੂਲ ਦੇ ਵਿੱਚ ਹੈ ਜੀ, ਚਾਹੇ ਟਾਈਮ ਜੇ ਆਪਾਂ 9 ਵਜੇ ਕਹਿੰਦੇ ਹਾਂ। ਪ੍ਰਾਇਮਰੀ ਸਕੂਲ ਕੈਂਪਸ 'ਚ ਹੋਇਆ ਜੀ, ਪ੍ਰਾਇਮਰੀ ਸਕੂਲ ਨਾਲੇ ਹੈ। ਇਕੱਠੀ ਬਿਲਡਿੰਗ ਹੈ ਦੋਨੋਂ ਸਕੂਲਾਂ ਦੀ? ਹੈ ਅਲੱਗ ਅਲੱਗ ਹੈ ਸਰ। ਹਾਂ ਤਾਂ ਚਾਰ ਦੁਆਰੀ ਦੇ ਵਿੱਚ ਹੈ ਨਾ ਬਿਲਡਿੰਗ ਵੀ? ਸਾਡਾ ਗੇਟ ਇੱਧਰ ਹੈ ਸਰ, ਉਹਨਾਂ ਦਾ ਗੇਟ ਉਸ ਸਾਈਡ। ਬਿਲਡਿੰਗ ਦੇਖੋ, ਚਾਰ ਦੁਆਰੀ ਦੇਖੋ, ਸਕੂਲ ਦੇ ਵਿੱਚ ਪੈਂਦੀ ਹੈ ਨਾ ਸਰ? ਚਾਰ ਦੁਆਰੀ ਸਾਡੀ ਇੱਧਰੋਂ ਹੈ ਜੀ, ਆਹ ਚਾਰ ਦੁਆਰੀ, ਉਹ ਪ੍ਰਾਇਮਰੀ ਸਕੂਲ ਦਾ ਗੇਟ ਦੂਸਰੀ ਸਾਈਡ ਹੈ। ਅਗਰ ਬੱਚੀਆਂ ਸਕੂਲ ਦੇ ਵਿੱਚ ਮਹਿਫੂਜ਼ ਨਹੀਂ ਹੋਣਗੀਆਂ ਤਾਂ ਫਿਰ ਸਰ, ਅਸੀਂ ਹਿਊਮੈਨਿਟੀ ਸੇਕ ਜਿਹੜਾ ਹੈ ਇਹਦੇ ਪੇਰੈਂਟਸ ਨੂੰ ਇਨਫੋਰਮ ਕੀਤਾ ਪ੍ਰੋਪਰਲੀ, ਕਿਉਂਕਿ ਸਾਨੂੰ ਇਹ ਸੀਗਾ ਵੀ ਕੁੜੀ ਦਾ ਇਸ਼ੂ ਹੈ, ਮਾਮਲਾ ਹੈ। ਇਹਨਾਂ ਨੇ ਦੋਸ਼ੀ ਨੂੰ ਫੜ ਕੇ ਇੱਥੇ ਬੰਦ ਕਰ ਲਿਆ ਵੀ ਪੇਰੈਂਟਸ ਆਣਗੇ, ਉਹ ਤੋਂ ਬਾਅਦ ਪੁਲਿਸ ਨੂੰ ਇਨਫੋਰਮ ਅਸੀਂ ਕੀਤਾ ਹਿਊਮੈਨਿਟੀ ਸੇਕ, ਬਸ ਇਹੀ ਗੱਲ ਹੋਈ ਸੀ। ਲੀਗਲ ਐਕਸ਼ਨ ਲੈ ਰਹੇ ਆ ਜਿਹੜੀ ਮਰਦੀ FIR ਦਰਜ ਕਰਾਂਗੇ। ਠੀਕ ਹੈ, ਤੁਸੀਂ ਸਾਡੇ ਕੋਲ ਗ੍ਰਿਫਤਾਰ ਹੈ ਤਾਂ ਕਰਕੇ ਉਹਨੂੰ ਜਿਹੜੀ ਮਰਦੀ ਲੀਗਲ ਐਕਸ਼ਨ ਹੈ ਕਿਹੜੀ ਧਾਰਾ ਦੇ ਅਧੀਨ ਪਰਚਾ ਹੋਊਗਾ ਉਹ ਦੱਸ ਦਿਓ। ਅਸੀਂ ਤੁਸੀਂ ਸਟੇਟਮੈਂਟ ਕਿੰਨਾ ਕੀ ਸਟੇਟਮੈਂਟ ਦੇ ਰਹੀ ਹੈ? ਦੋਸ਼ੀ ਦਾ ਕੀ ਹੈ ਜੀ? ਹਾਂਜੀ, ਨਾਮ ਕੀ ਹੈ ਦੋਸ਼ੀ ਦਾ? ਦੋਸ਼ੀ ਨਾਮ ਲਵਲੀ ਸਾਨੂੰ ਭੁਪਿੰਦਰ ਸਿੰਘ। ਇਹ ਕਿੰਨੇ ਕੁ ਵਜੇ ਦੀ ਘਟਨਾ ਹੈ ਜੀ? ਇਹ ਸਕੂਲ ਟਾਈਮ ਤੋਂ ਪਹਿਲਾਂ ਦੀ ਗੱਲ ਹੈ। ਅੱਜ ਬੱਚੇ ਐਕਚੁਅਲੀ ਸਕੂਲ ਟਾਈਮ ਚੇਂਜ ਹੋਇਆ 9 ਵਜੇ ਤੇ ਬੱਚੇ ਉਸੇ ਹਿਸਾਬ ਨਾਲ 8:15 ਵਜੇ ਆ ਗਏ। ਉਸ ਟਾਈਮ ਦੇ ਨੇੜੇ ਦੀ ਘਟਨਾ ਹੈ। ਜੇ ਆਪਾਂ ਗੱਲ ਕਰੀਏ ਜੀ, ਦੇਖੋ ਇੱਕ ਸਕੂਲ ਦੇ ਵਿੱਚ ਇਹੋ ਜਿਹੀ ਘਟਨਾ ਘਟੀ ਹੈ, ਬਹੁਤ ਸ਼ਰਮਨਾਕ ਘਟਨਾ ਹੈ ਇਹ। ਕੀ ਕਹਿਣਾ ਚਾਹੁੰਗੇ ਇਹਦੇ ਬਾਰੇ? ਨਹੀਂ, ਸਕੂਲ 'ਚ ਇੱਕ ਕ੍ਰਾਈਮ ਹੋਇਆ, ਅਸੀਂ ਰਿਪੋਰਟ ਕਰ ਰਹੇ ਹਾਂ, ਬੰਦਾ ਸਾਡੇ ਕੋਲ ਗ੍ਰਿਫਤਾਰ ਹੈ। ਇਹ ਜਿਹਨੇ ਕ੍ਰਾਈਮ ਕਰਿਆ ਉਹਨੂੰ ਮਰਦੀ ਸਜ਼ਾ ਦਿੱਤੀ ਜਾਊਗੀ ਜਿਹੜੀ ਲੀਗਲੀ ਹੋਊਗੀ। ਕਿਹਦੇ ਬਿਆਨ ਤੇ ਪਰਚਾ ਹੋਏਗਾ ਜੀ? ਉਹਦੀ ਮਾਤਾ ਜੀ ਦੇ ਬਿਆਨ ਤੇ। ਕੀ ਨਾਮ ਉਹਦਾ ਜੀ? ਉਹ ਥੋੜਾ ਇਸ ਚੀਜ਼ ਨੂੰ ਅਸੀਂ ਥੋੜਾ ਸੀਕ੍ਰੀਟ ਰੱਖਾਂਗੇ, ਕਿਉਂਕਿ ਮਾਸਕੋ ਦਾ ਪਰਚਾ। ਠੀਕ ਹੈ, ਤੁਸੀਂ ਆਈਡੈਂਟੀ ਦੇਖੋ ਯਾਰ, ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ, ਦੇਖ ਸਕਦੇ ਹੋ ਵੀਡੀਓ ਦੇ ਨਾਲ।
ਪਹਿਲਾਂ ਸ਼ਿਕਾਇਤ ਕਰੀਏ ਸਕੂਲ ਦੇ ਵਿੱਚ ਜ਼ਿੰਮੇਵਾਰੀ ਜ਼ਿੰਮੇਵਾਰੀ ਪਤਾ ਪਤਾ ਜੀ ਪਹਿਲਾਂ